ओंकार सतनाम करता पुरख निर्भव निर्वैर्य अकाल मूर्ख अजुनी नसवंजो किल बिखो करता घर आया नसवंजो किल बिखो करता घर आया दूते मन शांत आई वजी वधाई नहीं अंत जाई पाया बिनवंत नानक सुख सहज मिला प्रभु आप बना माणिया दे माण ताणिया दे ताण लुटिया दियो न्यासरिया दे आसरा निपतिया दिपत निगतिया धन श्री गुरु ग्रंथ साहिब महाराज मैं तेरे शरण घर आया फिर मेरा घर हमारे पास
ਮਹਾਨ ਰਹਿਬਰ ਮਹਾਨ ਮੁਰਸ਼ਦ ਆਮ ਇੱਕ ਬਚਨ ਆਖਿਆ ਜਾਂਦਾ ਸੁਣਿਆ ਜਾਂਦਾ ਹੈ ਸਪੁੱਤਰ ਹੋਵੇ ਤੇ ਗੁਰੂ ਅਰਜਨ ਦੇਵ ਵਰਗਾ ਗੱਜ ਕੇ ਆਖੋ ਸਤਨਾਮ ਸਿੰਘ ਸਾਹਿਬ ਆਪ ਕੀਰਤਨ ਕੀਤਾ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਸਰਨ ਦੇ ਨਾਲ ਮਾਨ ਵੀ ਹੈ ਨਿਰਮਲੇ ਸਾਧੂ ਬੈਠੇ ਨੇ ਥੱਲੇ ਪਹਿਲਾਂ ਉੱਪਰ ਬੈਠੇ ਸਨ ਅਤੇ ਮੈਨੂੰ ਹੁਕਮ ਕੀਤਾ ਸੀ ਕਹਿਣ ਲੱਗੇ ਭਾਈ ਸਾਹਿਬ ਜੇ ਇੱਕ ਸ਼ਬਦ ਰਾਗ ਦੇ ਵਿੱਚ ਜ਼ਰੂਰ ਗਾਇਨ ਕਰਨਾ ਆਪ ਜੀ ਨੇ ਨਿਰਮਲੇ ਸਾਧੂ ਇਹ ਆਪ ਨਹੀਂ ਬਣੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸੰਸਥਾ ਹੈ ਇੱਕ ਜਦੋਂ ਪੰਜ ਸਾਧੂ ਨਿਰਮਲੇ ਸਾਧੂ ਥਾਪ ਕੇ ਕਾਸ਼ੀ ਭੇਜੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਸਕ੍ਰਿਤ ਪੜ੍ਹਨ ਲਈ ਇੱਕ ਬਚਨ ਸਾਂਝਾ ਕਰ ਰਹੇ ਸਾਂ ਅਤੇ ਕਹਿ ਰਹੇ ਸਨ ਕਹਿੰਦੇ ਭਾਈ ਸਾਹਿਬ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਆ ਬੜਾ ਅੱਛਾ ਕੀਰਤਨ ਸਰਨ ਦੇ ਨਾਲ ਕਰਦੇ ਸਨ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਨੂੰ ਕੋਈ ਕਹੇ ਪੁੱਛੇ ਕਿ ਪਾਤਸ਼ਾਹ ਤੁਸੀਂ ਬਿਲਾਵਲ ਰਾਗ ਕਿੱਥੋਂ ਸਿੱਖਿਆ ਇਹ ਸਭ ਕੁਛ ਉਹਨਾਂ ਦੇ ਅੰਦਰ ਸੀ ਮੈਂ ਇੱਕ ਬਚਨ ਸਾਂਝਾ ਕਰ ਰਿਹਾ ਸਾਂ ਮਹਾਂਪੁਰਖਾਂ ਨਾਲ ਵੀ ਜਦੋਂ ਆਪ ਨੂੰ ਕੁਛ ਨਾ ਆਉਂਦਾ ਹੋਵੇ ਤਾਂ ਅਸੀਂ ਗੁਰੂਆਂ ਤੋਂ ਵੀ ਕਿੰਤੂ ਪਰੰਤੂ ਕਰ ਦਿੰਦੇ ਹਾਂ ਅਤੇ ਆਮ ਕਿਸੇ ਨੂੰ ਕਹਿੰਦਿਆਂ ਮੈਂ ਇਹ ਬਚਨ ਸੁਣਿਆ ਕਿ ਜਦੋਂ ਸੱਤਾ ਬਲਵੰਡਾ ਜੀ ਇਹ ਵੀ ਚੋਜ ਸੀ ਮਹਾਰਾਜ ਦਾ ਗੁਰੂ ਅਰਜਨ ਸਾਹਿਬ ਦਾ ਚੋਜ ਸੀ ਜਦੋਂ ਗੁਰੂ ਸਾਹਿਬ ਦੇ ਨਾਲ ਥੋੜ੍ਹਾ ਜਿਹਾ ਮਤਭੇਦ ਹੋਇਆ ਅਤੇ ਕਹਿਣ ਲੱਗੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਨੇ ਕੋਈ ਗੱਲ ਨਹੀਂ ਕਿਹਾ ਸੰਗਤਾਂ ਨੂੰ ਸੰਗਤ ਜੀ ਚਿਮਟੇ ਢੋਲਕਾਂ ਪਕੜੋ ਅਤੇ ਜੋਟੀਆਂ 'ਚ ਕੀਰਤਨ ਕਰੋ ਅਤੇ ਜਿੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਬਿਲਾਵਲ ਰਾਗ ਦੇ ਵਿੱਚ ਬਹਿ ਕੇ ਸਰੰਦਾ ਲੈ ਕੇ ਕੀਰਤਨ ਕਰ ਦਿਓ ਅਤੇ ਚਿਮਟਿਆਂ ਦੀ ਕੀ ਲੋੜ ਪੈ ਗਈ ਸੀ ਕਿ ਆਖੋ ਸਤਿਨਾਮ ਤਵਜੋ ਬਖਸ਼ਿਸ਼ ਕੀਰਤਨ ਦੀ ਪਰੰਪਰਾ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਹੁੰਦੇ ਨੇ ਤਾਲਾਂ ਵੱਜਦੀਆਂ ਨੇ ਪਖਾਵ 'ਚ ਵੱਜਦਾ ਹੈ ਆੜਾ 'ਚੋਂ ਤਾਲਾ ਧਮਾਰ ਵੱਡੇ ਵੱਡੇ ਤਾਲ ਜੋ ਗਿਣਤੀਆਂ ਵਿੱਚ ਨਹੀਂ ਆਉਂਦੇ ਉਹਨਾਂ ਦੇ ਨਾਲ ਕੀਰਤਨ ਗਾਇਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਨੇ ਆਪ ਕੀਤਾ ਹੈ ਔਰ ਸਾਡੀ ਚੋਲੀ ਵਿੱਚ ਕੀਰਤਨ ਦੀ ਦਾਤ ਪਾਈ ਹੈ ਅੱਜ ਇਹ ਅਸਥਾਨ ਦੇ ਉੱਤੇ ਕਿਉਂਕਿ ਇਤਨੀ ਦੇਰ ਬੈਠ ਕੇ ਕਿਉਂਕਿ ਮੈਂ ਪਾਲੀ ਜੀ ਨੂੰ ਕਿਹਾ ਵੀ ਮੰਨੋ ਸੰਤਾਂ ਨੂੰ ਤਾਂ ਆਪ ਜੀ ਨੇ ਟਾਈਮ ਨਹੀਂ ਦੱਸਿਆ ਪਰ ਮੈਨੂੰ ਜ਼ਰੂਰ ਦੱਸ ਦਿਓ ਕਿਉਂਕਿ ਟਾਈਮ ਦੀ ਪੰਕਚੁਅਲਿਟੀ ਜ਼ਰੂਰ ਹੋਣੀ ਚਾਹੀਦੀ ਹੈ ਗੁਰੂ ਕਿਰਪਾਲਤਾ ਕਰਨ ਬਖਸ਼ਿਸ਼ ਕਰਨ ਕਿਉਂਕਿ ਸਮਾਂ ਕਈ ਇਹ ਲਾਈਵ ਚੱਲ ਰਿਹਾ ਮੈਨੂੰ ਮਾਫ਼ ਕਰਨਾ ਕਈ ਮਨੁੱਖ ਕਹਿੰਦੇ ਨੇ ਵੀ ਕਿ ਕੰਮ ਕੋਈ ਸੌਖਾ ਔਖਾ ਨਹੀਂ ਆ ਬੜਾ ਸੌਖਾ ਹੈ ਮੈਨੂੰ ਮਾਫ਼ ਕਰਨਾ ਗਾਉਂਦਿਆਂ ਗਾਉਂਦਿਆਂ ਗਲਾ ਵੀ ਸੁੱਕ ਜਾਂਦਾ ਪਰ ਅਸੀਂ ਜਲ ਵੀ ਨਹੀਂ ਛੱਕ ਸਕਦੇ ਕਿਉਂ ਕਿ ਇੱਥੇ ਸ਼ਬਦ ਦੀ ਪਵਿੱਤਰਤਾ ਭੰਗ ਹੋ ਜਾਂਦੀ ਹੈ ਉਹਦੇ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੋਂ ਗੁਰੂ ਕਿਰਪਾਲਤਾ ਕਰਨ ਬਖਸ਼ਿਸ਼ ਕਰਨ ਇਹ ਸਰੋਵਰਾਂ ਦੀ ਰਚਨਾ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਜੋ ਬਣਾਈ ਹੈ ਉਹਦਾ ਇੱਕ ਭਾਵ ਸੀ ਕਿਉਂਕਿ ਜਦੋਂ ਗਾਇਨ ਹੁੰਦਾ ਹੈ ਜਦੋਂ ਗਾਇਨ ਹੁੰਦਾ ਹੈ ਅਤੇ ਜਦੋਂ ਸਰੋਵਰਾਂ ਦੀ ਚਾਲ ਚੱਲਦੀ ਹੈ ਕਿ ਉਹਨਾਂ ਲਹਿਰਾਂ ਨਾਲ ਜਦੋਂ ਤਾਲ ਟਕਰਾਉਂਦੀ ਹੈ ਅਤੇ ਉਹ ਇੱਕ ਸੋਨੇ 'ਤੇ ਸੁਹਾਗਾ ਹੁੰਦਾ ਹੈ ਬਹੁਤ ਲੰਬੀਆਂ ਬਾਤਾਂ ਨੇ ਇਹ ਬੜੇ ਵਿਧਾਨ ਨੇ ਬੜੇ ਸੰਗੀਤ ਦੇ ਭੇਦ ਨੇ ਇਹਦੇ ਵਿੱਚ ਇਹਨਾਂ ਦੀ ਲੋੜ ਸੀ ਪਰ ਜੋ ਅੱਜ ਇਹਨਾਂ ਸਰੋਵਰਾਂ ਨੂੰ ਖੰਡਨ ਕਰੀ ਜਾ ਰਹੇ ਨੇ ਪਤਾ ਨਹੀਂ ਕੀ ਹੋ ਰਿਹਾ ਹੈ ਗੁਰੂ ਕਿਰਪਾ ਕਰੇ ਇਹਨਾਂ ਨੂੰ ਸਮਤ ਬਖਸ਼ੇ ਮਹਾਰਾਜ ਕਿਉਂਕਿ ਜਿਹੜਾ ਸ਼ਬਦ ਹੈ ਗੁਰੂ ਸਾਹਿਬਾਂ ਦਾ ਕਿ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਇਹਦਾ ਹੋਰ ਹੀ ਅਰਥ ਕਰੀ ਜਾਂਦੇ ਨੇ ਗੁਰੂ ਕਿਰਪਾਲਤਾ ਕਰਨ ਜਿਸ ਤਰ੍ਹਾਂ ਮਹਾਂਪੁਰਖਾਂ ਨੇ ਕਿਹਾ ਕਿ ਚਾਰ ਅੱਖਰ ਪੜ੍ਹ ਕੇ ਕਿ ਵਿਆਕਰਨ ਨੂੰ ਸ਼ਬਦਾਂ ਦੀ ਵਿਆਖਿਆ ਨੂੰ ਤੋੜੀ ਜਾਂਦੇ ਨੇ ਗੁਰੂ ਕਿਰਪਾਲਤਾ ਕਰਨ ਬਖਸ਼ਿਸ਼ ਕਰਨ ਆਪਾਂ ਹਾਜ਼ਰ ਹੋਏ ਹਾਂ ਇਹ ਇਸ਼ਨਾਨ ਸੇਵਕ ਜਥਾ ਜੋ ਅੱਜ ਹਰ ਸਾਲ ਗੁਰੂ ਸਾਹਿਬਾਂ ਦਾ ਪਾਵਨ ਪਿੱਤਰ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ ਸੋ ਆਓ ਬੜੇ ਪਿਆਰ ਦੇ ਨਾਲ ਕਿਉਂਕਿ ਮੈਨੂੰ 40 ਮਿੰਟ ਦਾ ਸਮਾਂ ਬਖਸ਼ਿਸ਼ ਹੋਇਆ ਹੈ ਉਸ ਸਮੇਂ ਦੇ ਵਿੱਚ ਮੈਂ ਸੀਮਤ ਰਹਾਂਗਾ ਆਓ ਅਗਲਾ ਸ਼ਬਦ ਜੋ ਬਾਬਾ ਫਰੀਦ ਸਾਹਿਬ ਦਾ ਹੈ ਕਿ ਆਪ ਲਈਏ ਲੜ ਲਾਏ ਦਰ ਦਰਵੇਸ਼ ਸੇ
ਤਿੰਨ ਤਨ ਜਣੇ ਦੀ ਮਾਓ ਆਏ ਸਫਲ ਸੇ ਉਹ ਬੜੇ ਪਿਆਰ ਨਾਲ ਸ਼ਰਨ ਕਰਦੇ ਹਾਂ ਜੀ
करते इश्क खुदाए दीदार के बिसरिया
Yeah.
जब लो नहीं भा
ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਆਵਨ ਕਾ ਇਹ ਸੁਭਾਵ ਜਨ ਕੈ ਸੰਤ ਆਵੈ ਨਾ ਆਪ ਮੁਕਤ ਮੁਕਤ ਤ੍ਰੈ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਅਤਿ ਅਤਿ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਔਰ ਸਮੂਹ ਸੇਵਕ ਜਥਾ ਇਸ਼ਨਾਨ ਸੰਤੋਖ ਸਰ ਸਾਹਿਬ ਆਪ ਸਮੂਹ ਗੁਰੂ ਕੀ ਸੰਗਤ ਦਾ ਉਲਾਂ ਚੁੱਕਾਂ ਦੀ ਖਿਮਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਦੇ ਪਾਵਿੱਤਰ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜਨਮ ਮਰਨ ਦੂਹ ਮੈਂ ਨਾਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਪੱਕੀ ਲਾਇਨ ਹਰ ਸਿਉ ਲੈਣ ਮਿਲਾਏ ਅਗਲਾ ਪ੍ਰੋਗਰਾਮ ਸ਼ਰਨ ਕਰੋ ਪਿਆਰ ਸਾਹਿਬ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ